ਸੱਚੀ ਦਾ ਜ਼ਾਰਾ ਪਾਕ ਤੰਦੂਰ ਚ ਰੋਟੀਆਂ ਲਗਾ ਦੀਆਂ ਤੇ ਮੱਥੇ ਤੇ ਪਸੀਨੇ ਦੇ ਖਤਰਾਤ ਸੈਯਦ ਆਲਮ ਕੋਲੋਂ ਸ਼ਫਕਤ ਤੇ ਪਿਦਰੀ ਤੋਂ ਬਰਦਾਸ਼ਤ ਨਾ ਹੋਇਆ ਕਿ ਮੇਰੀ ਬੇਟੀ ਦੇ ਮੱਥੇ ਤੇ ਪਸੀਨਾ ਤੜਪ ਜਾਓਗੇ ਮੇਰੇ ਨਬੀ ਨੇ ਫਰਮਾਇਆ ਬੇਟੀ ਤੋਂ ਪਿੱਛੇ ਹੋ ਪੇੜੇ ਬਣਾ ਕੇ ਦੇ ਮੈਂ ਤੇਰਾ ਬਾਬਾ ਮੁਹੰਮਦ ਨੂੰ ਰੋਟੀਆਂ ਪਕਾ ਕੇ ਦੇਵਾਂ ਬੇਟੀ ਰੋਟੀ ਪਕਾਉਂਦੀ ਹੋਵੇ ਤੇ ਮਾਂ ਕਹਿੰਦੀ ਹੈ ਬੇਟੀ ਤੂੰ ਪਿੱਛੇ ਹੋ ਮੈਂ ਪਕਾ ਦਿੰਦੀ ਹਾਂ ਇੱਥੇ ਮਾਂ ਬਚਪਨ ਚ ਟੁਰ ਗਈ ਨਾ ਸਾਰੀ ਜ਼ਿੰਦਗੀ ਮੇਰੇ ਨਬੀ ਨੇ ਮਾਂ ਤੇ ਬਾਪ ਦੋਨਾਂ ਦਾ ਪਿਆਰ ਬੇਟੀ ਨੂੰ ਦਿੱਤਾ ਫਰਮਾਇਆ ਬੇਟੀ ਤੂੰ ਪੇੜੇ ਬਣਾ ਕੇ ਦੇ ਮੈਂ ਤੇਰਾ ਬਾਬਾ ਮੁਹੰਮਦ ਨੂੰ ਰੋਟੀਆਂ ਪਕਾ ਕੇ ਦੇਵਾਂ फिर अनिले छत दी आसमान दी छत ने एक अजीब मंजर वेख्या के बेटी पेड़े बना के दे रही ते नबियां दा इमाम तंदूर च रोटियां पे लावे चंद रोटियां लगा के सरकार अपने होजरे चाहे ते बेटी भी पर्दा करके पीछे ही आ गई ਇਹ ਤਾਂ ਤੁਸੀਂ ਸੁਣਿਆ ਨਾ ਕਿ ਬੇਟੀ ਆਉਂਦੀ ਸੀ ਤੇ ਮੇਰੇ ਨਬੀ ਉੱਠ ਕੇ ਖਲੋ ਜਾਂਦੇ ਸਨ ਤੇ ਮੈਨੂੰ ਸੱਚੀ ਦੱਸਿਓ ਵਜ਼ੀਰਾਬਾਦ ਦੇ ਸੁੰਨੀ ਮਾਵਾਂ ਦੇ ਪੁੱਤਰੋ ਉਹ ਜਿੱਥੇ ਕਮਲੀ ਵਾਲਾ ਹੀ ਉੱਠ ਕੇ ਖਲੋ ਜਾਵੇ ਪਿੱਛੇ ਗੱਲ ਵੀ ਕਿਹੜੀ ਰਹਿ ਜਾਂਦੀ ਹੈ ਸਰਕਾਰ ਜਾਂਦੇ ਨੇ ਬੇਟੀ ਉੱਠ ਕੇ ਖਲੋਂਦੀ ਹੈ ਬੇਟੀ ਆਉਂਦੀ ਹਜ਼ੂਰ ਉੱਠ ਕੇ ਖਲੋਂਦੀ ਸਰਕਾਰ ਜਾਂਦੇ ਬੇਟੀ ਹੱਥ ਚੁੰਮਦੀ ਹੈ ਬੇਟੀ ਆਉਂਦੀ ਹਜ਼ੂਰ ਮੱਥਾ ਚੁੰਮਦੇ ਨੇ ਹਜ਼ੂਰ ਜਾਂਦੇ ਨੇ ਬੇਟੀ ਆਪਣੀ ਜਗ੍ਹਾ ਬਿਠਾਉਂਦੀ ਹੈ ਬੇਟੀ ਆਉਂਦੀ ਹਜ਼ੂਰ ਆਪਣੀ ਜਗ੍ਹਾ ਬਿਠਾਉਂਦੇ ਨੇ ਮਗਰ ਮੈਂ ਜਿਹੜਾ ਜੁਮਲਾ ਅਰਜ਼ ਕਰਨਾ ਚਾਹਨਾ ਯਾਰ ਅੱਜ ਕੋਈ ਬਾਪ ਆਪਣੀ ਬੇਟੀ ਨਾਲ ਪਿਆਰ ਕਰੇ ਤੇ ਕੋਈ ਹੈਰਤ ਦੀ ਬਾਤ ਨਹੀਂ ਮੈਂ ਉਸ ਦੌਰ ਦੀ ਗੱਲ ਕਰ ਰਿਹਾ ਜਦੋਂ ਬੇਟੀ ਪੈਦਾ ਹੁੰਦੀ ਹੈ ਤੇ ਬਾਪ ਜ਼ਿੰਦਾ ਹੀ ਦਫ਼ਨ ਕਰਾਉਂਦਾ ਹੈ ਉਹ ਦੌਰ ਜਦੋਂ ਲੋਕ ਬੇਟੀਆਂ ਨੂੰ ਜ਼ਿੰਦਾ ਦਫ਼ਨ ਕਰ ਰਹੇ ਮੁਹੰਮਦ ਦੀ ਬੇਟੀ ਆਉਂਦੀ ਸੋਹਣਾ ਉੱਠ ਕੇ ਖੜਾ ਹੋ ਜਾਂਦਾ ਹੈ ਉਹ ਦੌਰ ਜਦੋਂ ਬੇਟੀ ਨਾਲ ਕੋਈ ਪਿਆਰ ਕਰਦਾ ਹੀ ਨਹੀਂ ਸੈਯਦ ਆਲਮ ਦੀ ਬੇਟੀ ਆਉਂਦੀ ਮੇਰੇ ਨਬੀ ਉੱਠ ਕੇ ਖੜੇ ਹੋ ਜਾਂਦੇ ਬੇਟੀ ਆ ਕੇ ਬਾਬਾ ਦੇ ਸੀਨੇ ਦੇ ਨਾਲ ਲੱਗ ਗਈ नबी करीम ने फरमा बेटी मैं ते हुण मिल के आ रहा हूं अर्ज की बाबा मैं बड़ी हैरान जिड़िया रोटियां मैं लगाया पक गई ने जिड़िया तुसी लगाया पक दिया कोई नहीं फरमाया बेटी जारा इत दुनिया दी आगे कदे दो दख दी अग भी आ जाए ये रोटियां पकनिया कोई नहीं हाथ मुहम्मद दे लग गए सुभान अल्लाह आटे नु हाथ लगो जिंदाबाद आटे नु लग जाए नबी दा हाथ ते अग ना पकावे ते मैनु सच्ची दस तेनू दोदख दी अग किवें साड़ सकदी है जे तेरे सीने च कमली वाला वसदा होवे